ਮੈਂ ਪਿੰਡੋਂ ਆਇਆ ਜੀ ਆ ਮੇਰੇ ਨਾਲ ਤੈਨੂੰ ਕਿਹੜਾ ਸ਼ਾਹ ਰੁਖ ਸਮਝਦੇ ਆ ਪਿੰਡੋਂ ਹੀ ਆਇਆ ਪਰੇ ਹੋ ਓਏ ਅਮਨ ਕਰ ਓਏ ਅਮਨ ਕਰ ਸਾਲਿਆ ਤੇਰੇ ਟਾਂਕੇ ਖੁੱਲਣ ਵਾਲੇ ਨੇ ਤੁਸੀਂ ਕੌਣ ਗੱਲ ਤੁਸੀਂ ਕੌਣ ਤੇਰੇ ਵਿੱਚ ਚੰਡ ਮਾਰ ਭਰਾ ਨੇ ਫਿਰ ਚੰਡ ਮਾਰ ਕੇ ਮੂੰਹ ਲਾਲ ਕਰ ਦੇਣੇ ਤੇਰਾ ਹੁਣ ਚੰਡ ਮਾਰੇ ਮੈਂ ਦੰਦੀ ਵੜ ਕੇ ਬੰਦਾ ਮਾਰ ਦੇਣਾ ਤੈਨੂੰ ਪਤਾ ਨਹੀਂ ਇੱਥੇ ਜਿੱਡੇ ਤੁਸੀਂ ਚਿੱਟੇ ਹੋ ਨਾ ਤੁਹਾਨੂੰ ਮੈਂ ਪਿੰਡ ਲੈ ਕੇ ਰੁਪਈਏ 30 ਦੇ ਕੇ ਮਰਜ਼ੀ ਆਪਣੀ ਕਰਨੀ ਹੈ ਮੱਛਰ ਕਰਦਾ ਤੂੰ ਇਹਨੂੰ ਵੇਖ ਕੇ ਕਹਿੰਦਾ ਅੱਬਾ ਤੂੰ ਕਰ ਤੁਸੀਂ ਚੰਗੜੇ ਸੀ ਇਹ ਬੱਟ ਕੋਈ ਨੀ ਪੰਜ ਛੇ ਬੱਟਿਆਂ ਨੇ ਰਲ ਕੇ ਕੋਈ ਚਵਲ ਜੀ ਮਾਰੀ ਹੈ ਹੈ ਸਾਲਾ ਏਡਾ ਕਾਲਾ ਅੱਲਾ ਮਾਫੀ ਦੇ ਇਹਨਾਂ ਦੇ ਘਰ ਚੋਰ ਆ ਗਏ ਇੰਨੇ ਬਲੋ ਬਲਣ ਡੇ ਉਹਨੇ ਫਿਰ ਮਾਚਸ ਦੀ ਤੀਲ ਬਾਲ ਕੇ ਵੇਖਿਆ ਸੁੱਤਾ ਕਿ ਜਾਗਣ ਡਿਆ ਇਹ ਜੀਓ 'ਚ ਕੈਮਰਾਮੈਨ ਸੀ ਇਹਨੂੰ ਬਿੱਲ ਬਹੁਤਾ ਆ ਗਿਆ ਉਹਨਾਂ ਦਾ ਕੈਮਰਾ ਵੇਚ ਕੇ ਬਿੱਲ ਤਾਂ ਮੇਲਾ ਮਰਾਸੀਆਂ ਲਗਾ ਆਜੋ ਆਪਣਾ ਡਾਕਟਰ ਸਾਹਿਬ ਆਜੋ ਹੈ ਹੋਰ ਕੀ ਹਾਲ ਹੈ ਬੜਾ ਸਿਰ ਬੰਨਿਆ ਅੱਲਾ ਖੁਸ਼ੀ ਵਿਖਾਉਣ ਵਾਲਾ ਇਹ ਕੱਲ ਚਿੜੀਆ ਘਰ ਚਲਾ ਗਿਆ 2 ਘੰਟੇ ਉੱਥੇ ਫਿਰਦਾ ਰਿਹਾ ਇੱਕ ਬੰਦੇ ਨੂੰ ਕਹਿੰਦਾ ਬਾਥਰੂਮ ਕਿੱਥੇ ਉਹਨੇ ਕਿਹਾ ਸਾਹਮਣੇ ਇਹਨੇ ਬਾਥਰੂਮ ਦਾ ਬੂਹਾ ਖੋਲਿਆ ਅੰਦਰ ਸ਼ੇਰ ਬੈਠਾ ਘਬਰਾ ਕੇ ਕਹਿੰਦਾ ਤੁਸੀਂ ਕਰੋ ਮੇਰੀ ਨਿਕਲ ਗਈ ਅਸੀਂ ਤਾਂ ਸੁਣ ਨਹੀਂ ਸਕਦੇ ਲੱਗਦਾ ਨੀ 2 ਗੰਦੇ ਨਾਲੇ ਇਕੱਠੇ ਹੋ ਗਏ ਪਰਲੀ ਸ਼ਾਖ ਵੀ ਇੱਧਰ ਲਿਆ ਵਿੱਚ ਇਹਦੀ ਕੁਬੜੀ ਮਰ ਗਈ ਤਾਂ ਰੋਈ ਜਾਏ ਗੱਲ ਕਿਸੇ ਦੀ ਗੱਲ ਕਿਸੇ ਦੀ ਪਰਸੋਂ ਦੀ ਇਹਦੀ ਕੁਬੜੀ ਮਰ ਗਈ ਰੋਈ ਜਾਏ ਦਾਦੀ ਮਰੀ ਤੇ ਚੁੱਪ ਮੈਂ ਕਿਹਾ ਕੁਕੜੀ ਮਰੀ ਰੋਣ ਡਿਆ ਦਾਦੀ ਮਰੀ ਚੁੱਪ ਕਹਿੰਦਾ ਦਾਦੀ ਕਿਹੜੀ ਆਂਡੇ ਦਿੰਦੀ ਸੀ ਓਏ ਹੋਏ 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 ਸਈਦ ਨੂਰ ਨੂੰ ਕਹਿੰਦਾ ਮੈਂ ਫਿਲਮਾਂ 'ਚ ਆ ਸਕਦਾ ਉਹ ਕਹਿੰਦੇ ਜੇ ਤੇਰਾ ਮੂੰਹ ਤੂੰ ਮੇਰੇ ਘਰ ਨਹੀਂ ਆ ਸਕਦਾ ਉੱਥੇ ਜਾ ਕਹਿੰਦਾ 10 ਰੁਪਏ ਦੀ ਜ਼ਬਾਨ ਪਾ ਦੇ ਉਹ ਕਹਿੰਦਾ 10 ਜ਼ਬਾਨ ਨਹੀਂ ਆਉਂਦੀ ਉਹਨੂੰ ਕਹਿੰਦਾ ਕੋਈ 36 ਜੀ ਪਾ ਦੇ ਯਾਰ ਇਹ ਵੀ ਨਾਸ਼ਤਾ ਲੈਣ ਗਿਆ ਕਹਿੰਦਾ ਇੱਕ ਪਾਵਾ ਦੇ ਦਿਓ ਇੱਕ ਜ਼ਬਾਨ ਉਹਨਾਂ ਕਹਿੰਦਾ ਪਾਵਾ ਲਾਈਆ ਜ਼ਬਾਨ ਆਪੇ ਬਾਹਰ ਆ ਜਾਏਗੀ ਹੋਰ ਕੋ ਮੇਰੇ ਲੈ ਜੂਆ ਖੇਡ ਗਿਆ ਜੂਆ ਖੇਡ ਗਿਆ ਜੂਆ ਖੇਡ ਮਠਾ ਦੇ ਯਾਰ ਐਂ ਨਹੀਂ ਕਮਾਉਂਦੇ ਓਏ ਇਹਦੀ ਵੀ ਗੱਲ ਸੁਣ ਲਿਆ ਕੀ ਗੱਲ ਤੇਰੀ ਉਹ ਤੇ ਆਖਰੀ ਸਾਲ ਹਾਂਜੀ ਚੱਲ ਫਿਰ ਦੀ ਆ ਚੱਲ ਚੱਲ ਇਹ ਗੱਲ ਬਾਥਰੂਮ 'ਚ ਬੈਠਾ ਉੱਥੇ ਲੱਗਿਆ ਪਾਣੀ ਦਾ ਇਸਤੇਮਾਲ ਜ਼ਿਆਦਾ ਕਰ ਬੈਠਾ ਬੈਠਾ 8 ਲੋਟੇ ਪੀ ਗਏ ਇਹ ਕਹਿੰਦਾ ਲੋਟੇ ਨਾਲ ਸਕੰਜਵੇਂ ਮੈਂ ਕੋਈ ਐਨੀ ਨਹੀਂ ਡੁੱਬੇ ਖਲੋਤਾ ਜਾਂਦਾ ਸਲਾਮ ਠੋਕਣਾ ਜੀ ਬਸ ਠੀਕ ਹੈ ਜਿਸ ਤਰ੍ਹਾਂ ਛੱਡ ਕੇ ਸਲਾਮ ਠੋਕਣਾ ਜੀ ਪਿੱਛੇ ਪਿੱਛੇ ਗਿਆ ਕੁੱਤਾ ਤੇ ਅੱਗੇ ਬਿੱਲੀ ਗਈ ਸੱਜਣਾ ਕੰਡ ਛਿੱਲੀ ਗਈ ਸੱਜਣਾ
ਤੇ ਕੁੱਤੇ ਦਾ ਕੀ ਬਣਿਆ? ਪਤਾ ਨਹੀਂ ਕਾਲੀ ਪੈਂਟ ਪਾ ਕੇ ਨੱਚਣ ਡਿਆ ਉਹ ਕਾਲੀ ਆਪਣੀ ਬਾਥਰੂਮ ਜਾਣਾ ਪੈਂਦਾ ਨਾ ਚਿੱਟ ਬਣਾ ਦਿਓ ਰਕਸ਼ੇ ਚ ਬਹਿ ਕੇ ਉਹਨੂੰ ਕਹਿੰਦਾ ਨੱਕ ਦੀ ਸਿਹਤ ਤੇ ਚੱਲ ਉਹਨੇ ਰਕਸ਼ਾ ਖੂਹ ਚ ਸੁੱਟ ਤਾ ਯਾਰ ਤੂੰ ਬਹੁਤ ਕਰ ਇਹੋ ਜਿਹੇ ਕੁੱਤੇ ਸਿਰੇ ਸਿਰੇ ਮੈਡੀਕਲ ਸਟੋਰ ਦੇ ਕੇ ਬੈਠੇ ਹੁੰਦੇ ਪੁੱਛੋ ਨਾ ਕੀ ਆ ਗਿਆ ਸਾਰੀ ਰਾਤ ਭੌਂਕਦੇ ਨੇ ਗਲਾ ਬਹਿ ਗਿਆ ਦਵਾਈ ਲੈਣਾ ਓ ਯਾਰ ਬਿੱਲੀ ਬਿੱਲੀ ਕੰਨ ਤੇ ਜਾਣ ਡਈ ਉਹਨੂੰ ਕਹਿਣ ਡਿਆ ਥੱਲੇ ਉਤਰ ਨਹੀਂ ਏਡੀ ਤੂੰ ਕਮਾਂਡੋ ਇਹ ਕਹਿਣ ਡਿਆ ਮੈਂ ਤੈਨੂੰ ਕੁਛ ਕਿਹਾ ਮਾਮਾ ਜਿਹੜੇ ਕਹਿਣ ਡੇ ਉਹਨਾਂ ਨੂੰ ਫੜ ਦੂੰ ਬੜੀ ਗੱਲ ਬੜੀ ਗੱਲ ਗੱਲ ਕੀ ਮੈਂ ਤੈਨੂੰ ਕਾਫਰਾ ਜਾਂ ਮੈਂ ਤੇ ਤੈਨੂੰ ਬੁਲਾਉਂਦਾ ਨਹੀਂ ਉਹ ਇਧਰ ਮੇਰੇ ਨਾਲ ਆ ਜਾ ਇਹਨਾਂ ਨੂੰ ਮੈਂ ਸਾਂਭ ਲੈਂਦਾ ਚਲੋ ਬੋਲ ਪੀਨੇ ਆ ਤੁਹਾਡੀ ਸ਼ਾਦੀ ਹੋਈ ਨਹੀਂ ਕਦੀ ਥੋੜੀ ਬਹੁਤੀ ਉਹ ਥੋੜੀ ਬਹੁਤੀ ਕੀ ਮਾਮਾ ਸ਼ਾਦੀ ਵਿੱਚ ਚਟਨੀ ਬਣਾਉਣ ਦੀ ਖੈਰ ਜਾ ਦੇਗਾ ਲਾਉਣ ਵਾਲਿਆ ਚੁੱਪ ਕਰ ਜਾ ਅਸੀਂ ਕੋ ਨਾਲ ਲੈ ਜਾਣੀ ਹੈ ਇੱਕ ਤੇ ਲੈ ਜਾਣੀ ਤੁਹਾਡੇ ਲਈ ਆ ਆਪਣੇ ਮਾਮੇ ਸਹੁਰੇ ਦੀ ਸੁਣ ਲਾ ਮਰਚ ਲਈ ਇਹ ਪਹਿਲੇ ਨਾਈਆਂ ਦਾ ਕੰਮ ਕਰਦਾ ਇਹਨੂੰ ਕਿ ਇੱਕ ਲੂਣੀ ਦੇਗ ਬਣਾਉਣੀ ਇੱਕ ਮਿੱਠੀ ਸਾਲੇ ਨੇ ਦੋਵੇਂ ਲੂਣੀਆਂ ਬਣਾ ਕੇ ਰੋਣ ਲੱਗ ਪਿਆ ਕਹਿੰਦਾ ਤੁਹਾਨੂੰ ਕਿਹਾ ਸੀ ਨਾ ਮੇਰੇ ਕੋਲ ਮਿੱਠਾ ਚੁੱਕ ਲਓ ਪਿਸ਼ੋਰ ਖਲੋ ਕੇ ਗਾਣਾ ਗਾਣ ਡਿਆ ਜੀ ਕਰਦਾ ਵੀ ਜੀ ਕਰਦਾ ਇੱਕ ਪਠਾਨ ਨੇ ਸੁਣਿਆ ਉਹਨੇ ਕਿਹਾ ਹੋਰ ਕਿੰਨਾ ਕੁ ਜੀ ਕਰਦਾ ਇਹਦਾ ਮੈਨੂੰ ਚੈੱਕ ਦੇ ਮੈਂ ਪਿੰਡ ਟਰੈਕਟਰ ਲੈ ਕੇ ਜਾਣਾ ਮੁਲਾਜ਼ਮਤ ਕਰਦਾ ਮੈਂ ਯੋ ਕਾਲਾ ਸ਼ਾ ਕਾਕੂ ਯੂ ਸਪੀਕ ਇਨ ਇੰਗਲਿਸ਼ ਯੂ ਨੋ ਵਾਟ ਆਮ ਫਰਮ ਅਮਰੀਕਾ ਅਮਰੀਕਾ ਮਾਈ ਫਸਟ ਕਜ਼ਨ ਓਬਾਮਾ ਯੂ ਆਰ ਓਬਾਮਾ ਯੈਸ ਓਬਾਮਾ ਓਬਾਮਾ ਕੋ ਮੈਂ ਕਿਆ ਸਮਝਦਾ ਹੂੰ ਮਾਮਾ ਹੈ ਮੇਰਾ ਉਹ ਵੀ ਮਾਮਾ 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 ਅਭੀ ਮੈਂ ਭੇਜਦਾ ਹੂੰ ਤੁਹਾਨੂੰ ਥੱਕਿਆ ਦੇ ਕੇ ਕਰਦੇ ਬਾਤ ਨੈਨਾ ਮੈਂ ਤਾਂ ਬਿਲਕੁਲ ਠੀਕ ਹੂੰ ਤੁਮ ਸੁਣਾਓ ਨਾਸਿਰ ਮੈਂ ਵੀ ਬਿਲਕੁਲ ਠੀਕ ਹੂੰ ਮੈਂ ਇਤਨਾ ਵੀ ਠੀਕ ਨਹੀਂ ਹੂੰ ਮੈਂ ਖਰਾਬ ਆਦਮੀ ਹੂੰ ਤੁਮੇ ਪਤਾ ਨਹੀਂ ਨਾਸਿਰ ਤੁਮੇ ਪਤਾ ਹੈ ਮੈਂ ਤੁਹਾਡੇ ਲਈ 20 ਲੱਖ ਰੁਪਏ ਰੱਖੇ ਹੈ
अगर तुम उससे शादी करने की हामी भर लो तो 20 लाख से शादी होती है, और शादी पैसों से नहीं जज्बों से होती है बेवकूफ। माय फुट, जज्बों में क्या रखा है नासिर? तो पैसों में क्या रखा है नैना? पैसों में तो सब कुछ रखा है। अच्छा कारोबार करो, अच्छा सा घर लो, अयाशी करो, इसी का नाम तो जिंदगी है नासिर। ओ अयाशी में कुछ नहीं रखा नैना, अपनी मेहनत मजदूरी से अपने हाथों से जो पैसे कमाए जाए वो पैसे होते हैं। मैं अपने पैसे अपने हाथों से अपनी मेहनत से कमाऊंगा, फिर तुमसे शादी करूंगा। उससे पहले मुझे तुम्हारे पैसे नहीं चाहिए, समझी? ये तो बहुत अच्छी बात है। अच्छा अखबार निकालो, तुम्हारा शौक भी पूरा हो जाएगा और मेरी ख्वाहिश भी पूरी हो जाएगी। शौक पूरा हो जाएगा, मैं अपनी मेहनत से करूंगा, फिर तुम्हें यहाँ इस घर से ब्याह के लेके जाऊंगा, समझी तुम? जा रहा हूं मैं। पता नहीं ये नासिर को क्या हो गया।